अस्सलाम वालेकुम रऊफ भाई, की हाल चाल है जी? अच्छा दोस्तों, ए वाले ने भाई जड़े ए वाला एक्सीवेटर चला रहे हैं, ये है जी हुंडाई दा ना जी, हुंडाई दा। अच्छा बहुत है, किन्ने का आज कल आ रहा है? तकरीबन 50 लाख दी है ये इस टाइम मौके दे। जे अपन लेना होए नवा, नवे तो मेरे ख्याल आंदे नहीं गे। नवे आ रहे हो, महंगे बहुत है, 1.5 करोड़ दे नेड़े है। 1.5 करोड़ दे लागे। ते ए तुसी किन्ने मिंटां दी ट्राली भर दिंदे हो? ए तकरीबन 1.5 मिंट च भर जांदी है। 1.5 मिंट च? तो बॉस अगर 50 लाख रुपया कोई बंदा लगाता हो ये तो वो एक महीने से किन्ने के पैसे कमा सकता? वो काम की रूटीन है, तकरीबन 15 लाख कमा जाता है। 15 दे 12 हो जाएगा, 12 हो जाएगा या 17 हो जाएगा, क्योंकि उत्ते थले भी हो सकता, काम वध घट हो जाता। तो ये ट्रैक्टर किन्ने होने जरूरी है? ट्रैक्टर तो काम के हिसाब से, सफर के हिसाब से 15 गड्डियां चल रही है इस टाइम। सफर ज्यादा हो? सफर ज्यादा है। 12-13 किलोमीटर है। 12-13 किलोमीटर? ये 12-13 किलोमीटर से किन्ने ट्राली सीट रहे? तकरीबन 1500-1600 सीट रहे जी। 1500-1600, बिल्कुल ठीक हो गया। तो ताडे अपने किन्ने ट्रैक्टर होंगे या तुसी सारे रेंट ते लेंगे? नहीं, सारे ड्राइवर ही है, मालिक हो रहे, सारे ड्राइवर चल रहे जी। नहीं, और जिन्ने भी ट्रैक्टर एक ही बंदे दे या मुख्तलिफ? नहीं, लैदा लैदा मुख्तलिफ सारे दे। अच्छा, किसे दा एक, किसे दा दो? दो हां जी, इस तरह ही होना। ये फिर तुसी किहड़े हिसाब नाल इकट्ठे कर लेंदे हो जदों ज्यादा जरूरत पैंदी? कोई ताडा رابطہ نمبر ہوندا ہوندا نا فون تے آ جندے پھر بلا لیدا انہاں نو سفر دے حساب نال۔ اچھا نمبر وغیرہ تہاڈے کول محفوظ ہے گیا، تسی اوتے کال کر لینے؟ ہاں جی۔ ਤੁਸੀਂ ਹੈਗੇ ਹੋ ਬੂਰੇ ਵਾਲਾ ਦੇ ਤੇ ਇਸ ਟਾਈਮ ਕੰਮ ਕਰ ਰਹੇ ਹੋ ਚਿਸ਼ਤੀਆਂ? ਇੱਥੇ ਕੀ ਕੋਈ ਯਾਰ ਦੋਸਤ ਸੀਗਾ ਜਾਂ ਜਿਹੜੇ ਤਲਕ ਨਾ ਆਏ ਆ ਉਥੋਂ? ਬਸ ਇੱਥੇ ਪਹਿਲੇ ਸਾਦ ਮੇਰਾ ਕੰਮ ਕਰਦਾ ਸੀ, ਉਹਦੀ ਵਜ੍ਹਾ ਨਾਲ ਫਿਰ ਮੈਂ ਵੀ ਇੱਥੇ ਕੰਮ ਕਰ ਰਿਹਾ ਤੁਸੀਂ ਕਿਉਂਕਿ ਬੂਰੇ ਵਾਲਾ ਵੀ ਐਕਸੀਵੇਟਰ ਤੇ ਆਮ ਫਿਰਦੇ ਆ ਉਥੇ? ਹਾਂ ਜੀ, ਉੱਥੇ ਵੀ ਐਕਸੀਵੇਟਰ ਤੇ ਆਇਆ ਜੀ। ਜੀ ਜੀ, ਹਾਂ ਜੀ। ਚਲੋ ਅੱਲਾ ਖੈਰ ਕਰੇ ਜੀ। ਇਹਨੇ ਅਗਰ ਨਵਾਂ ਖਰੀਦਣਾ ਹੋਵੇ ਆਪਾਂ ਤੇ ਕਿਹੜੀਆਂ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ ਇਹਦੇ ਵਿੱਚ ਆਪਾਂ ਨੂੰ? ਬਹੁਤ ਅੱਛੀ ਕੰਪਨੀ ਦਾ ਲੈਣਾ ਚਾਹੀਦਾ, ਮਹਿੰਗਾ ਬੰਦਾ ਲੈ ਲਵੇ ਕਿਉਂਕਿ ਸਸਤਾ ਲਵਾਂਗੇ ਉਹ ਖਰਾਬ ਹੋਏਗਾ ਜੀ। ਅੱਛੀ ਕੰਪਨੀ ਕਿਹੜੀ ਤੁਸੀਂ ਕਹਿੰਦੇ ਹੋ? ਹਿਟਾਚੀ ਦੀ ਸਭ ਤੋਂ ਅੱਛੀ ਕੰਪਨੀ। ਹਿਟਾਚੀ? ਹਾਂ ਜੀ। ਉਹਦੇ ਵਿੱਚ ਵੀ ਕੁਝ ਚੀਜ਼ਾਂ ਹੋਣਗੀਆਂ ਵੀ ਇਹਨਾਂ ਚੀਜ਼ਾਂ ਦੀ ਇਹਤਿਆਤ ਕਰਨੀ ਚਾਹੀਦੀ ਹੈ ਦੇਖਣ ਲੈਣ ਲਈ? ਬਸ ਇੰਜਨ ਦਾ ਤੇਲ ਹੁੰਦਾ, ਜ਼ਿਆਦਾ ਜ਼ਰੂਰੀ ਬੰਦਾ ਉਹ ਟਾਈਮ ਨਾਲ ਬਦਲਦਾ ਰਹੇ, ਸੈੱਟ ਰਹਿੰਦਾ ਜੀ। ਇੰਜਨ ਵਿੱਚ ਵੀ ਹਿਟਾਚੀ ਦਾ ਹੁੰਦਾ ਜਾਂ ਕੋਈ ਅਲੱਗ ਲੱਗਾ ਹੁੰਦਾ ਕਿ ਜਾਂ ਮਿਟਸੂਬਿਸ਼ੀ? ਨਹੀਂ, ਅਲੱਗ ਅਲੱਗ ਕੰਪਨੀ, ਅੱਛਾ ਆਇਲ ਪਾਓ ਨਾ ਜੀ। ਨਹੀਂ ਨਹੀਂ, ਆਇਲ ਨਹੀਂ, ਇੰਜਨ ਜਿਹੜੇ ਹੁੰਦੇ ਆ? ਇੰਜਨ ਸੀਜ਼ੋ ਦਾ ਜੀ। ਸੀਜ਼ੋ ਦਾ ਬੈਸਟ ਵੇ ਉਹਦੇ ਚ ਕੰਮ ਕਰਦਾ। ਸੀਜ਼ੋ ਦਾ ਇੰਜਨ ਸਭ ਤੋਂ ਅੱਛਾ ਜੀ। ਸਹੀ, ਕਿੰਨੇ ਸਿਲੰਡਰ ਹੁੰਦਾ ਉਹ? 6 ਸਿਲੰਡਰ ਹੈ ਜੀ। 6 ਸਿਲੰਡਰ? ਅੱਛਾ, ਇਹ 1 ਘੰਟੇ ਕਿੰਨਾ ਤੇਲ ਖਾ ਲੈਂਦੀ? ਇਹ ਤਕਰੀਬਨ 6 ਤੋਂ 7 ਲੀਟਰ ਪੀ ਰਹੀ ਜੀ। ਅਗਰ ਘੰਟੇ ਦੇ ਹਿਸਾਬ ਨਾਲ ਤੁਹਾਡੇ ਕੋਲ ਕਿਸੇ ਨੇ ਕੰਮ ਕਰਾਉਣਾ ਹੋਵੇ ਤੇ ਤੂੰ ਕਿੰਨੇ ਪੈਸੇ ਲੈਂਦੇ ਉਹਦੇ? ਉਹ ਕੋ 3500 ਰੁਪਇਆ ਜੀ 1 ਘੰਟੇ ਦਾ। ਹਾਂਜੀ, ਠੀਕ ਹੋ ਗਿਆ ਬਾਬਾ ਜੀ, ਬਹੁਤ ਸ਼ੁਕਰੀਆ ਸਰ ਜੀ। ਇਹ ਦੇਖ ਲਓ ਜੀ ਐਕਸੀਵੇਟਰ ਦੀ ਹਾਲਤ ਇਸ ਟਾਈਮ। ਇਹ ਹੁੰਡਾਈ ਦਾ ਜੀ ਐਕਸੀਵੇਟਰ, ਠੀਕ ਹੈ ਦੋਸਤੋ। ਦੁਆਵਾਂ ਯਾਦ ਰੱਖਿਓ ਜੀ। ਅੱਲਾ ਹਾਫਿਜ਼।